ਸਵਾਲ ਨੂੰ ਤੁਹਾਡੇ ਸਾਹਮਣੇ ਲਿਆ ਰਿਹਾ ਆ। ਇੱਥੇ 40 ਮਾਝੇ ਦੇ ਜਰਨੈਲ ਤੁਰੇ ਫਿਰਦੇ ਆ, ਉਹ ਦੇਸ਼ ਦੇ ਗਦਾਰ, ਕੌਮ ਦੇ ਗਦਾਰ। ਜਦੋਂ ਚੱਲਿਆਂ ਵਾਲੇ ਬਾਗ ਦਾ ਸਾਕਾ ਹੋਇਆ, ਉਹ ਜਿਨ੍ਹਾਂ ਨੇ ਜਨਰਲ ਡਾਇਰ ਤੇ ਉਹਦੇ ਸਾਥੀਆਂ ਨੂੰ ਰਾਤ ਦਾ ਖਾਣਾ ਆਪਣੇ ਘਰ ਖਵਾਇਆ, ਉਹਨਾਂ ਨੂੰ ਵਿਸਕੀਆਂ ਪਿਆ ਕੇ ਨਾਚ ਕਰਾਏ, ਉਹਨਾਂ ਨੂੰ ਇਹ ਬਾਦਲਾਂ ਨੇ ਮਾਝੇ ਦਾ ਜਰਨੈਲ ਬਣਾਇਆ। ਮਾਝੇ ਦਾ ਜਰਨੈਲ ਆਖੜਾ ਜਿਹਨੇ ਸਾਰੀ ਜ਼ਿੰਦਗੀ ਪੰਥ ਵਾਸਤੇ, ਸਿੱਖ ਕੌਮ ਵਾਸਤੇ ਬਾਦਲ ਸਾਹਿਬ ਦੇ ਬਰਾਬਰ ਜੇਲਾਂ ਕੱਟੀਆਂ ਨੇ। ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਸਰਦਾਰ ਰਣਜੀਤ ਸਿੰਘ ਜੀ ਬ੍ਰਹਮਪੁਰ ਆਪਣੇ ਖਿਆਲ ਤੁਹਾਡੇ ਨਾਲ ਸਾਂਝੇ ਕਰਨ। ਪਰਮ ਸਤਿਕਾਰਯੋਗ ਗੁਰੂ ਨੂੰ ਖਾਲਸਾ ਜੀ, ਗੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਲਾਂ ਕਰਨ ਸਿਖਾਈਆਂ ਤੇ ਔਖੇ ਪਾਲਣੇ ਬੋਲ, ਔਖੇ ਪਾਲਣੇ ਬੋਲ। ਬਹੁਤ ਤਕਰੀਰਾਂ ਹੋਈਆਂ ਨੇ, ਹਰ ਇੱਕ ਨੇ ਬਹੁਤ ਵਧੀਆ ਆਪਣੇ ਵਿਚਾਰ ਰੱਖੇ ਨੇ। ਜੋ ਅੱਜ ਮੌਜੂਦਾ ਹਾਲਾਤ ਨੇ ਉਹਨਾਂ 'ਤੇ ਵੀ ਰੌਸ਼ਨੀ ਪਾਈ ਆ, ਅਤੇ ਜੋ ਪਿਛਲਿਆਂ ਸਮਿਆਂ ਦੇ ਵਿੱਚ ਜੋ ਕੁਛ ਹੋਇਆ ਉਹਦੇ 'ਤੇ ਵੀ ਲੀਡਰ ਸਾਹਿਬਾਨ ਨੇ ਆਪਣੇ ਵਿਚਾਰ ਰੱਖੇ ਨੇ। ਸਰਦਾਰ ਜੀ ਬਹਿ ਜਾਓ, ਹੁਣ ਸਾਨੂੰ ਪਤਾ ਤੁਸੀਂ ਦੂਰ ਜਾਣਾ ਵਾ, ਅਤੇ ਹੁਣ ਤੁਸੀਂ ਬਹਿ ਜਾਓ, 2-4 ਮਿੰਟ ਬਹਿ ਕੇ ਸੁਣੋ ਤੁਸੀਂ ਗੱਲਾਂ। ਹਾਂ ਬਹਿ ਜਾਓ, ਆਰਾਮ ਨਾਲ ਬਹਿ ਜਾਓ, ਜਿਹਨੇ ਜਾਣਾ ਚੁੱਪ ਕਰਕੇ ਚੱਲਿਆ ਵੀ ਭਾਵੇਂ ਜਾਵੇ। ਤਾਂ ਮੈਂ ਬੇਨਤੀ ਕਰਨੀ ਚਾਹੁੰਦਾ, ਸ਼੍ਰੋਮਣੀ ਅਕਾਲੀ ਦਲ ਕੋਈ ਆਮ ਜਮਾਤ ਨਹੀਂ, ਆਮ ਜਮਾਤਾਂ ਹੁੰਦੀਆਂ ਨੇ, ਬਣਦੀਆਂ ਨੇ, 5-7 ਸਾਲਾਂ ਬਾਅਦ ਢਹਿ ਢੇਰੀ ਹੋ ਜਾਂਦੀਆਂ ਨੇ, ਉਹਨਾਂ ਦਾ ਮੁੜ ਕੇ ਕੋਈ ਨਾਮ ਨਹੀਂ ਲੈਂਦਾ। ਪਰ ਸ਼੍ਰੋਮਣੀ ਅਕਾਲੀ ਦਲ ਜਿਹੜਾ 99 ਸਾਲ ਆਪਣਾ ਸਥਾਪਨਾ ਦੇ ਸਮਾ ਲਿਆ, ਅਤੇ 1 ਸਾਲ ਨੂੰ ਬਾਅਦ 100 ਸਾਲ ਪੂਰੇ ਹੋ ਜਾਣੇ ਆ। ਇਹ ਉਹ ਸ਼੍ਰੋਮਣੀ ਅਕਾਲੀ ਦਲ ਆ ਜਿਹਨੇ 100 ਸਾਲ ਹੋ ਗਏ ਇਸ ਪੰਜਾਬ ਦਿਆਂ ਲੋਕਾਂ ਦੀਆਂ ਇਸ ਹਿੰਦੁਸਤਾਨ ਦੇ ਵਿੱਚ ਰਹਿ ਕੇ। ਕੋਈ ਵੀ ਜਦੋਂ ਹੱਕ ਸੱਚ ਦੀ ਗੱਲ ਆਈ ਆ ਤੇ ਇਹਨਾਂ ਨੇ ਮੋਹਲੀ ਕਤਾਰ ਦੇ ਵਿੱਚ ਹੋ ਕੇ ਕੁਰਬਾਨੀਆਂ ਕੀਤੀਆਂ ਨੇ। ਬਹਿ ਜਾਓ, ਮੇਰਾ ਬਹਿ ਜਾਓ, ਚੁੱਪ ਕਰਕੇ ਬਹਿ ਜਾਓ, 2-5 ਮਿੰਟਾਂ ਦੇ ਵਿੱਚ ਗੱਲ ਖਤਮ ਕਰ ਦੇਣੀ ਆ। ਤੇ ਖਾਲਸਾ ਜੀ, ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਮੀਂਹ ਆ ਆਮਨੀਆਂ 'ਤੇ, ਆਪਾਂ ਆ ਪਾਣੀ ਪਾ ਕੇ, ਗਾਰਾ ਪਾ ਕੇ, ਮਿੱਟੀ ਪਾ ਕੇ, ਇੱਟਾਂ ਲਾ ਕੇ, ਅਤੇ ਆਪਾਂ ਉਹਦੀ ਨੀਂਹ ਰੱਖ ਦਿੰਦੇ ਹਾਂ। ਸ਼੍ਰੋਮਣੀ ਅਕਾਲੀ ਦਲ ਦੀ ਨੀਂਹ ਆ ਪਾਣੀ ਦੇ ਥਾਂ ਸ਼ਹੀਦਾਂ ਦਾ ਖੂਨ, ਅਤੇ ਗਾਰੇ ਦੇ ਥਾਂ ਜਿਹੜੀ ਮਿੱਝ ਆ ਉਹਦੇ ਨਾਲ ਇਹਨੂੰ ਸਿਰਜਿਆ ਸ਼੍ਰੋਮਣੀ ਅਕਾਲੀ ਦਲ ਨੂੰ। ਇਹ ਸ਼੍ਰੋਮਣੀ ਅਕਾਲੀ ਦਲ ਉਹ ਆ। ਸੋ ਮੈਂ ਹੁਣ ਆਪਾਂ ਗੱਲ ਕਰਨੀ ਆ ਬਈ ਇਹਦਾ ਐਡਾ ਵੱਡਾ ਵਿਰਸਾ, ਇਹਦੀਆਂ ਵੱਡੀਆਂ ਕੁਰਬਾਨੀਆਂ, ਗੁਰੂ ਕੇ ਬਾਗ ਦਾ ਮੋਰਚਾ, ਚਾਬੀਆਂ ਦੇ ਮੋਰਚੇ, ਨਨਕਾਣੇ ਸਾਹਿਬ ਦਾ ਸਾਕਾ, ਜੈਤੋ ਦਾ ਮੋਰਚਾ, ਇਹ ਤਾਂ ਮੋਰਚੇ ਲਾਏ ਔਰ ਮੋਰਚਿਆਂ ਦੇ ਵਿੱਚ ਜਿੱਤ ਪ੍ਰਾਪਤ ਕੀਤੀ। ਔਰ ਚਾਬੀਆਂ ਦੇ ਮੋਰਚੇ ਮੈਂ ਇਸ ਕਰਕੇ ਗੱਲ ਕੀਤੀ ਆ ਕਿ ਅੱਜ ਉਹ ਸ਼੍ਰੋਮਣੀ ਕਮੇਟੀ ਜਿਹੜੀ ਮੰਤਰਾਂ ਨੂੰ ਆਜ਼ਾਦ ਕਰਵਾਈ ਸੀ ਜਿਹੜਾ ਆਪਾਂ, ਅਤੇ ਫਿਰ ਬਣੀ ਸੀ ਸ਼੍ਰੋਮਣੀ ਕਮੇਟੀ,
ਅੱਜ ਉਸ ਸ਼੍ਰੋਮਣੀ ਕਮੇਟੀ ਦਾ ਹਾਲ ਕੀ ਆ? ਅੱਜ ਕਿਤਨਾ ਗੋਲਕ ਲੁੱਟੀ ਜਾ ਰਹੀ ਆ। ਸਭ ਤੋਂ ਵੱਡਾ ਅਸੀਂ ਸਤਿਕਾਰ ਮਾਨ ਸ੍ਰੀ ਅਕਾਲ ਤਖਤ ਸਾਹਿਬ ਦਾ ਕਰਦੇ ਹਾਂ। ਕੋਈ ਮੈਂ ਸੁਣਿਆ ਜਾਂ ਕਹਾਣੀਆਂ ਵੀ ਆ, ਅਸਲੀਅਤ ਵੀ ਆ ਕਿ ਮਹਾਰਾਜਾ ਰਣਜੀਤ ਸਿੰਘ ਦਾ ਕੋਈ ਗਲਤੀ ਹੋ ਗਈ ਤਾਂ ਮਹਾਰਾਜਾ ਰਣਜੀਤ ਸਿੰਘ ਨੂੰ ਅਕਾਲੀ ਫੂਲਾ ਸਿੰਘ ਜੋ ਉਸ ਵੇਲੇ ਦੇ ਅਕਾਲ ਤਖਤ ਦੇ ਜਥੇਦਾਰ ਸੀ, ਉਹਨਾਂ ਨੇ ਸੱਦਿਆ, ਸੱਦ ਕੇ ਉਹਨੂੰ ਕੋਰੜਿਆਂ ਦੀ ਸਜ਼ਾ ਲਾਈ। ਪਤਾ ਨਹੀਂ ਕਿੱਧਰੋਂ ਕਿਤਨਾ ਆਏ ਹੋਣਗੇ ਮਹਾਰਾਜਾ ਸਾਹਿਬ ਆਏ ਲਾਈ, ਤੇ ਅੱਜ ਉਸ ਅਕਾਲ ਤਖਤ ਦੇ ਜਥੇਦਾਰ ਨੇ ਬਾਦਲਾਂ ਦੇ ਕਹਿਣ ਤੇ ਉਹਨਾਂ ਦੇ ਘਰ ਜਾਂਦੇ ਆ, ਤੇ ਘਰ ਜਾ ਕੇ ਉਹਨਾਂ ਨੂੰ ਪੁੱਛਦੇ ਦੱਸੋ ਕਰੀਏ ਕੀ, ਤੇ ਜੋ ਕਹਿੰਦੇ ਆ ਉਹ ਕਰਦੇ ਆ। ਤੁਸੀਂ ਇਹ ਵੇਖ ਲਓ ਵੀ ਸਿੱਖੀ ਮਿਆਰ ਕਿੱਥੇ ਚਲ ਗਿਆ, ਕਾਲ ਤਖਤ ਦਾ ਕਿੱਡਾ ਵੱਡਾ ਅਪਮਾਨ ਹੋਇਆ ਨੇ, ਸ਼੍ਰੋਮਣੀ ਕਮੇਟੀ ਦਾ ਸਿਆਸੀਕਰਨ ਕਰ ਦਿੱਤਾ, ਔਰ ਬਿਨਾਂ ਮੰਗਿਆ ਮਾਫ਼ੀ ਜਿਹੜਾ ਸਿੱਖ ਕੌਮ ਦਾ ਦੁਸ਼ਮਣ ਹੈ ਰਾਮ ਰਹੀਮ, ਬਿਨਾਂ ਮੰਗਿਆ ਮਾਫ਼ੀ ਜਿਹੜੀ ਆ ਉਹਨੂੰ ਇਹਨਾਂ ਨੇ ਦੇ ਦਿੱਤੀ। ਅਸੀਂ ਲੋਕੀ ਕਈ ਕਹਿੰਦੇ ਨੇ ਬਈ ਇਹ ਜੀ ਤੁਸੀਂ ਜੋ ਵਿੱਚ ਸਾਂ ਤੁਸੀਂ ਬੋਲੇ ਨਹੀਂ, ਮੈਂ ਗੁਰੂ ਨੂੰ ਯਾਦ ਕਰਕੇ ਕਹਿੰਦਾ ਅਸੀਂ ਬੋਲਦੇ ਰਹੇ ਹਾਂ ਸਮੇਂ ਦੇ ਹਰ ਥਾਂ ਦੇ ਉੱਤੇ, ਜਦੋਂ ਕੋਈ ਗੱਲ ਹੋਈ ਆ ਅਸੀਂ ਬੋਲੇ ਆ। ਅਸੀਂ ਦੋ ਵਾਰਾਂ ਜਦੋਂ ਸ਼੍ਰੋਮਣੀ ਕਮੇਟੀ ਦੇ ਅਕਾਲੀ ਦਲ ਦੇ ਵਿੱਚ ਜਦੋਂ ਨਗਾਰ ਆਇਆ ਤੇ ਸਿਰਫ ਕੁਝ ਸੀਟਾਂ ਜਿਹੜੀਆਂ ਵਾ ਅਸੈਂਬਲੀ ਦੀਆਂ ਜਿੱਤੀਆਂ ਕੁਝ ਸੀਟਾਂ, ਤੇ ਪਹਿਲੀ ਵਾਰ ਕੋਰ ਕਮੇਟੀ ਦੀ ਮੀਟਿੰਗ ਹੋਈ ਅਸੀਂ ਉੱਠ ਕੇ ਗੱਲ ਕਹੀ ਸੀ ਢੀਂਡਸਾ ਜੀ ਨੇ ਮੈਂ ਕਿ ਇਹ ਤੁਹਾਡੀਆਂ ਕਰਤੂਤਾਂ ਦਾ ਸਿੱਟਾ ਵਾ ਜਿਹੜੇ ਤੁਸੀਂ ਇਹ ਪਾਪ ਪੁੰਨ ਠੱਗੀਆਂ ਤੇ ਅੱਜ ਪੰਜਾਬ ਨੂੰ ਜਿਹੜਾ ਲੁੱਟਿਆ ਦੋਂਦੇ ਹੀ ਅਸੀਂ, ਇਹ ਉਹਨਾਂ ਦਾ ਕਰਕੇ ਅੱਜ ਲੋਕਾਂ ਨੇ ਆਪਾਂ ਨੂੰ ਵੋਟਾਂ ਨਹੀਂ ਪਾਈਆਂ ਇਸ ਕਰਕੇ। ਤੇ ਬਾਦਲ ਸਾਹਿਬ ਕਹਿੰਦੇ ਮੈਨੂੰ ਫੇਤੀ ਹੋ ਗਏ ਬ੍ਰਹਮਪੁਰਾ ਸਾਹਿਬ, ਫਿਰ ਮੈਂ ਜੇ ਸੁਖਬੀਰ ਸਿੰਘ ਬੈਠਾ ਇਹਨੂੰ ਕੋਸੀ ਹੋ ਦੇਵੇ ਜੇ ਨਾ ਗੱਲ ਕਿਆ ਜੀਦੇ ਆ, ਆਓ ਉਹਨਾਂ ਨੂੰ ਸੱਦ ਕੇ ਪੁੱਛੋ। ਅਸੀਂ ਕਹਿੰਦੇ ਰਹੇ ਸਾਡੀ ਕਹਿੰਦੇ ਸੁਣੀ ਨਹੀਂ, ਜਦੋਂ ਬਿਲਕੁਲ ਨਹੀਂ ਸੁਣੀ ਤੇ ਫਿਰ ਭਰਾਓ ਅਸੀਂ ਵੀ ਝੰਡਾ ਆਪਣਾ ਜਿਹੜਾ ਤੇ ਖੰਡਾ ਉਹ ਖੜਕਾਤਾ, ਖੜਕਾ ਕੇ ਤੇ ਟਕਸਾਲੀ ਅਕਾਲੀ ਦਲ ਦੀ ਸਥਾਪਨਾ ਇੱਕ ਸਾਲ ਹੋ ਗਏ ਕੀਤੀ, ਇੱਕ ਸਾਲ ਹੋ ਗਿਆ ਅਸੀਂ ਫਿਰ ਕੀਤੀ ਆ। ਤੇ ਇਹ ਜਦੋਂ ਅਸੀਂ ਤੁਰੇ ਸਾਂ ਆਪਣੇ ਆਪ ਨੂੰ ਇਕੱਲਿਆਂ ਮਹਿਸੂਸ ਕਰਦੇ ਹਾਂ, ਅੱਜ ਕਾਫਲਾ ਬਣ ਗਿਆ ਆ ਮੇਰੇ ਭਰਾ ਸਾਰੇ ਪੰਜਾਬ ਦੇ ਵਿੱਚੋਂ ਹਮਖਿਆਲ ਪਾਰਟੀਆਂ ਦੇ ਜੋ ਆਪਣੇ ਗਰੁੱਪ ਨੇ ਉਹਨਾਂ ਦੇ ਵੱਡੇ ਲੀਡਰ ਸਾਹਿਬਾਨ ਆਏ ਨੇ, ਮੈਂ ਨਾਂ ਨਹੀਂ ਲੈ ਸਕਿਆ ਗੁਸਤਾਖੀ ਮਾਫ ਕਿਉਂਕਿ ਬਹੁਤ ਲੀਡਰ ਸਾਹਿਬਾਨ ਆਏ ਨੇ ਤੇ ਟਾਈਮ ਵੀ ਹੋ ਗਿਆ, ਸਿੰਘ ਵੀ ਉੱਠਣ ਲੱਗ ਪਏ। ਸੋ ਇਸ ਕਰਕੇ ਮੈਂ ਇੱਕੋ ਹੀ ਗੱਲ ਕਹੂੰਗਾ ਜਿਹੜੀ ਮੈਂ ਪਹਿਲਾਂ ਕੀਤੀ ਆ ਵੀ ਗੱਲਾਂ ਕਰਨ ਸਿਖਾਲੀਆਂ ਔਖੇ ਪਾਲਣੇ ਬੋਲ, ਰਸਤਾ ਬੜਾ ਔਖਾ ਤੇ ਗੱਲਾਂ ਨਾਲ ਕੁਛ ਨਹੀਂ ਹੋਣਾ। ਅਸੀਂ ਹਮੇਸ਼ਾ ਲੂੰਬੜ ਚਾਲਾਂ ਸਿਆਸੀ ਬੰਦੇ ਚੱਲ ਕੇ ਆਪਣਾ ਇਹ ਵੇਹਣੇ ਵੀ ਸਾਡਾ ਪਰਿਵਾਰ ਦਾ ਤੇ ਸਾਡਾ ਕਿਵੇਂ MLA MP ਕਿਵੇਂ ਬਣਾਂਗੇ, ਇਹ ਤਰ੍ਹਾਂ ਚੀਤਿਆਂ ਕੁਛ ਨਹੀਂ ਬਣਨਾ। ਇਹ ਤਾਂ ਜਿਸ ਤਰ੍ਹਾਂ ਆਹ ਬੈਠੇ ਨਾ ਸਿੰਘ ਇਹਨਾਂ ਦੇ ਵਡੇਰਿਆਂ ਨੇ ਖੱਫਣ ਬਣ ਕੇ ਤੇ ਸ਼੍ਰੋਮਣੀ ਅਕਾਲੀ ਦਲ ਵਾਸਤੇ ਕੁਰਬਾਨੀਆਂ ਕੀਤੀਆਂ, ਤੁਹਾਡੇ ਵਾਸਤੇ ਕੁਰਬਾਨੀਆਂ ਕੀਤੀਆਂ, ਧਰਮ ਵਾਸਤੇ ਕੁਰਬਾਨੀਆਂ ਕੀਤੀਆਂ, ਜਿੰਨਾ ਚਿਰ ਇਹ ਭਾਵਨਾ ਸਾਡੇ ਅੰਦਰ ਨਹੀਂ ਆਉਂਦੀ ਉਨਾ ਚਿਰ ਤੁਸੀਂ ਮਤ ਸਮਝੋ ਵੀ ਅਸੀਂ ਕਿਸੇ ਕੰਮ ਦੇ ਵਿੱਚ ਸਕਸੈਸਫੁਲ ਹੋ ਰਹੇ ਹਾਂ। ਇਸ ਕਰਕੇ ਮੇਰੀ ਕੋਈ ਬੇਨਤੀ ਆ, ਜਾਓ ਕਰੋ ਕਰੀ ਜਾਓ, ਜਿੰਨੇ ਲੋਕ ਨੇ ਤੁਸੀਂ ਸਾਡੀਆਂ ਅਖਬਾਰਾਂ ਜੋ ਤੁਸੀਂ ਸਾਡੇ ਟੈਲੀਵਿਜ਼ਨ ਜੋ ਇੱਕ ਇੱਕ ਬੰਦੇ ਦਾ ਇਹ ਫਰਜ਼ ਬਣਦਾ ਜਿਹੜਾ ਅੱਜ ਇੱਥੇ ਆਇਆ ਕਿ ਉਹ 100 ਬੰਦੇ ਨੂੰ ਇਹ ਗੱਲ ਦੱਸੇ ਕਿ ਇਹਨਾਂ ਬਾਦਲਾਂ ਨੇ
ਪੰਜਾਬ ਲੁੱਟ ਲਿਆ, ਇਹਨਾਂ ਨੇ ਧਰਮ ਦਾ ਅਪਮਾਨ ਕੀਤਾ, ਕਾਲ ਤਖਤ ਦੀ ਇਹਨਾਂ ਨੇ ਬੇਇੱਜ਼ਤੀ ਕੀਤੀ ਆ, ਔਰ ਇਸੇ ਤਰ੍ਹਾਂ ਸਭ ਕੁਛ ਜਿਹੜਾ ਇਹਨਾਂ ਨੇ ਪੰਜਾਬ ਦੇ ਵਿੱਚ ਕੀਤਾ ਵਾ। ਸੋ ਇਸ ਕਰਕੇ ਅਸੀਂ ਇਹਨਾਂ ਦੇ ਖਿਲਾਫ਼ ਹਾਂ, ਬਦਲਣਾ ਜ਼ਰੂਰੀ ਆ। ਸੋ ਮੈਂ ਜਿੰਨੇ ਵੀ ਸੱਜਣ ਸਾਰੇ ਆਏ ਨੇ, ਟਾਈਮ ਨਹੀਂ, ਜੇ ਟਾਈਮ ਹੁੰਦਾ ਤਾਂ ਖੁੱਲ੍ਹ ਕੇ ਵੀ ਥੋੜ੍ਹਾ ਜਿਹਾ ਬੋਲ ਲਈਦੇ, ਹੁਣ ਸਾਰੇ ਕਾਲੇ ਪਏ ਨੇ, ਜਿਹੜੀ ਮਗਰੋਂ ਬੋਲਦੇ ਨੇ ਉਹਨਾਂ ਨੂੰ ਇਤਰਾ ਹੀ ਹੁੰਦੀ ਆ, ਕਿਉਂਕਿ ਉਹ ਇਸ ਤਰ੍ਹਾਂ ਹੁੰਦੀ ਆ ਵੀ ਉਹਨਾਂ 'ਚ ਉਹਨੂੰ ਉੱਠਣ ਉੱਠਣ ਲਾ ਪੈਂਦੇ ਆ, ਅਤੇ ਉਹ ਜਿਹੜੇ ਉਹ ਜਿੱਦਾਂ ਸਿਆਣੇ ਬੰਦੇ ਰਾਮੂ ਵਾਲੀਆ ਸਾਹਿਬ ਜਾਂ ਹੋਰ ਨੇ, ਫਿਰ ਇਹੋ ਜਿਹੇ ਪਹਿਲਾਂ ਬੱਚਾ ਵਾਹ ਜਾਂਦੇ ਆ, ਚੁਟਕੀਆਂ ਝਟਕੀਆਂ ਮਾਰ ਕੇ ਗੱਲਾਂ ਸੁਣਾ ਜਾਂਦੇ ਆ, ਆਪਾਂ ਤਾੜੀਆਂ ਮਾਰਦੇ ਨੇ, ਹੱਸ ਲੈਂਦੇ ਹਾਂ। ਸੀਰੀਅਸ ਇਸ਼ੂ ਆ ਇਹ, ਅੱਜ ਦਾ ਇਕੱਠ ਜਿਹੜਾ ਇਹ ਇਤਿਹਾਸਕ ਇਕੱਠ ਆ, ਇਹ ਇਤਿਹਾਸ 'ਚ ਲਿਖਿਆ ਜਾਣਾ, ਇਹ ਕੋਈ ਐਵੇਂ ਨਹੀਂ ਗੱਲ ਹੈ ਜੀ। ਇਸ ਕਰਕੇ ਗੱਲ ਨੂੰ ਸਮਝੋ ਵੀ ਇਹ ਇੱਕ ਰਣਜੀਤ ਸਿੰਘ ਬ੍ਰਹਮਪੁਰੇ ਦੀ, ਸ਼ੇਖਵਾਂ ਸਾਹਿਬ ਦੀ, ਢੀਂਡਸਾ ਜੀ ਦੀ, ਜਾਂ ਹੋਰ ਕਿਸੇ ਜਿਸਦਾ ਰਵਿੰਦਰ ਸਿੰਘ ਦੀ, ਜਾਂ ਹੋਰ ਸਾਡੇ ਜਥੇਦਾਰ ਸਾਹਿਬਾਨ ਸਾਰੇ ਆਏ ਨੇ, ਵੀ ਕਿ ਇੱਕ ਦੀ ਡਿਊਟੀ ਨਹੀਂ, ਸਾਡੀ ਸਾਰਿਆਂ ਦੀ ਡਿਊਟੀ ਆ ਕਿ ਅਸੀਂ ਇਕੱਠੇ ਹੋ ਕੇ ਇਹ ਜਿਹੜਾ ਝੰਡਾ ਚੁੱਕਿਆ ਇਹਨੂੰ ਚੁੱਕਣਾ, ਔਰ ਤਗੜਾ ਹੋ ਕੇ ਜਿਹੜਾ ਖੰਡਾ ਵਾ ਇਹ ਖੜਕਾਉਣਾ ਵਾ। ਇਹ ਮੇਰੀ ਬੇਨਤੀ ਆ, ਜਿੰਨੇ ਵੀ ਸਭ ਸੱਜਣ ਤੁਸੀਂ ਆਏ ਜੋ, ਬਹੁਤ ਬਹੁਤ ਤੁਹਾਡਾ ਧੰਨਵਾਦ। ਸਾਡੇ ਕੋਲ ਅਰੇਂਜਮੈਂਟ ਵੀ ਨਹੀਂ ਹੋਇਆ, ਔਰ ਮੀਂਹ ਵੀ ਬਾਹਰ ਪੈਂਦਾ ਰਿਹਾ, ਉਹਦਾ ਕਰਕੇ ਤੁਹਾਨੂੰ ਤਕਲੀਫ ਹੋਊਗੀ।